ਫਾਜ਼ਿਲਕਾ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਅਤੇ ਰਾਤ ਸਮੇਂ GT ਰੋਡ ਤੇ ਆਉਣ ਜਾਣ ਵਾਲੇ ਵਹੀਕਲਾਂ ਦੇ ਅੱਗੇ ਗੱਡੀਆਂ ਲਗਾ ਕੇ ਉਹਨਾਂ ਨੂੰ ਰੋਕ ਕੇ ਅਤੇ ਪਿਸਤੌਲ ਵਿਖਾ ਕੇ ਡਰਾ ਧਮਕਾ ਕੇ ਉਹਨਾਂ ਕੋਲੋਂ ਨਕਦੀ ਅਤੇ ਮੋਬਾਈਲ ਧੱਕੇ ਨਾਲ ਖੋਹ ਲੈਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਇੱਥੇ ਬੁਲਾਏ ਗਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ SSP ਫਾਜ਼ਿਲਕਾ ਨੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਤੋਂ 2 ਪਿਸਤੌਲ ਦੇਸੀ, 1 32 ਬੋਰ ਸਮੇਤ 4 ਰੌਂਦ ਅਤੇ 1 315 ਬੋਰ ਸਮੇਤ 3 ਰੌਂਦ, 1 ਏਅਰ ਪਿਸਟਲ, 1 ਕਿਰਪਾਨ, 1 ਰਾਡ ਲੋਹਾ, 1 ਕਾਰ ਜੈਨ ਚੋਰੀ ਕੀਤੀ ਹੋਈ, 5 ਮੋਟਰਸਾਈਕਲ ਸਪਲੈਂਡਰ, 6 ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਵਰਤੀਆਂ 2 ਕਾਰਾਂ, 1 ਜੈਨ, 1 ਆਲਟੋ ਬਰਾਮਦ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੇ ਵੱਖ-ਵੱਖ ਦਿਨਾਂ ਦੌਰਾਨ ਵੱਖ-ਵੱਖ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਆਓ ਵੇਖਦੇ ਹਾਂ ਪੁਲਿਸ ਵੱਲੋਂ ਫੜੇ ਗਏ ਸਮਾਨ ਅਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਦੀਆਂ ਤਸਵੀਰਾਂ, ਜਿਸ ਤੋਂ ਬਾਅਦ SSP ਫਾਜ਼ਿਲਕਾ ਭੁਪਿੰਦਰ ਸਿੰਘ ਫੜੇ ਗਏ ਸਮਾਨ ਅਤੇ ਵਿਅਕਤੀਆਂ ਸੰਬੰਧੀ ਪੂਰੀ ਜਾਣਕਾਰੀ ਦੇਣਗੇ। ਵੇਖਦੇ ਰਹੋ ਪੰਜਾਬ ਬਾਣੀ ਨਿਊਜ਼ ਚੈਨਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਬੜੀ ਵੱਡੀ ਸਫਲਤਾ ਮਿਲੀ ਹੈ। SHO ਪੁਲਿਸ ਸਟੇਸ਼ਨ ਸਦਰ ਅਬੋਹਰ ਅਤੇ DSP ਬੱਲੂਆਣਾ ਨੇ ਇੱਕ ਬਹੁਤ ਵੱਡਾ ਗੈਂਗ ਅਸੀਂ ਫੜਿਆ। ਇਹ ਗੈਂਗ ਦੀ ਜਿਹੜੀ ਮਾਡਰਨ ਸਪਰਿੰਟੀ ਸੀ, ਰਾਤ ਨੂੰ ਜਦੋਂ ਕੋਈ ਵੀ ਟਰੱਕ ਜਾਂ ਕੋਈ ਵਹੀਕਲ ਹਾਈਵੇ 'ਤੇ ਜਾਂਦਾ ਸੀ ਅਤੇ ਇਹ ਉਹਨੂੰ ਉਸਨੂੰ 5 ਮੈਂਬਰ ਸੀ, ਇੱਕ ਹੱਥ ਦਿੰਦਾ ਸੀ ਅਤੇ ਦੂਸਰੇ ਉਹਨੂੰ ਰੋਕ ਕੇ ਜਦੋਂ ਉਹਨਾਂ ਦੀ ਗੱਲ ਸੁਣਦਾ ਅਤੇ ਨਾਲ ਹੀ ਇਹਨਾਂ ਕੋਲ ਇੱਕ 315 ਬੋਰ ਦਾ ਜਿਹੜਾ ਹੈਗਾ ਸੀ ਪਿਸਟਲ ਅਤੇ ਇੱਕ 315 ਬੋਰ ਦਾ 332 ਬੋਰ ਦਾ ਰਿਵਾਲਵਰ, ਦੇਸੀ ਕੱਟਾ ਜਿਹਨੂੰ ਕਹਿੰਦੇ ਨੇ, ਉਸ ਨੂੰ ਰੋਕ ਕੇ ਉਹਨੂੰ ਡਰਾ ਧਮਕਾ ਕੇ ਉਸ ਤੋਂ ਜਿੰਨੇ ਵੀ ਉਹਦੇ ਕੋਲ ਪੈਸੇ ਹੁੰਦੇ ਸੀ ਉਹ ਖੋਹ ਲੈਂਦੇ ਸੀ। ਇਸ ਤਹਿਤ ਅਸੀਂ ਤਕਰੀਬਨ 7-8 ਕੇਸ ਰਜਿਸਟਰ ਕੀਤੇ ਨੇ ਪਿਛਲੇ ਟਾਈਮ ਦੌਰਾਨ ਅਤੇ ਇਹ ਸਾਰੀਆਂ ਵਾਰਦਾਤਾਂ ਜਦੋਂ ਅਸੀਂ ਇਹਨਾਂ ਨੂੰ ਫੜਿਆ, ਗੈਂਗ ਨੂੰ ਫੜਿਆ, ਇਹ ਸਾਰੀਆਂ ਵਾਰਦਾਤਾਂ ਇਹ ਮੰਨ ਗਏ ਨੇ ਵੀ ਅਸੀਂ ਇਹ ਸਾਰੀਆਂ ਵਾਰਦਾਤਾਂ ਕੀਤੀਆਂ। ਇਸ ਤੋਂ ਇਲਾਵਾ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਅੱਜ ਇਸ ਗੈਂਗ ਤੋਂ, ਉਹਦੇ 'ਚ 2 ਪਿਸਤੌਲ ਦੇਸੀ, 1 32 ਬੋਰ, 4 ਰੌਂਦ, 315 ਬੋਰ, 3 ਰੌਂਦ, 1 ਏਅਰ ਪਿਸਟਲ, 1 ਕਿਰਪਾਨ ਅਤੇ 1 ਲੋਹਾ ਰਾਡ। ਇਸ ਤੋਂ ਇਲਾਵਾ 1 ਕਾਰ ਜੈਨ, 5 ਮੋਟਰਸਾਈਕਲ ਸਪਲੈਂਡਰ, 6 ਮੋਬਾਈਲ ਜਿਹੜੇ ਇਹਨਾਂ ਨੇ ਖੋਹ ਕੀਤੇ ਸੀ। ਇਸ ਤੋਂ ਇਲਾਵਾ ਵਾਰਦਾਤ ਕਰਨ ਸਮੇਂ ਵਰਤੀਆਂ 2 ਕਾਰਾਂ, 1 ਜੈਨ ਅਤੇ 1 ਅਲਟੋ ਇਹਨਾਂ ਤੋਂ ਬਰਾਮਦ ਕੀਤੀਆਂ ਸੀ। ਇਹਨਾਂ ਨੇ ਵਾਰਦਾਤਾਂ ਨੂੰ ਕਿੱਥੇ ਕਿਹੜੇ ਏਰੀਏ 'ਚ ਅੰਜਾਮ ਦਿੱਤਾ? ਜ਼ਿਆਦਾ ਵਾਰਦਾਤ ਹਾਈਵੇ ਅਬੋਹਰ ਏਰੀਆ ਜਾਂ ਆਪਣਾ ਜਿਹੜਾ ਹੈਗਾ ਜਿਹੜਾ ਹਾਂਜੀ ਗੰਗਾਨਗਰ ਅਬੋਹਰ ਜਿੰਨਾ ਵੀ ਏਰੀਆ ਹੈਗਾ ਵਾਰਦਾਤਾਂ ਇਹ ਉੱਥੇ ਕਰਦੇ ਸੀ ਜ਼ਿਆਦਾ ਤੌਰ 'ਤੇ ਵਾਰਦਾਤਾਂ, ਅਤੇ ਕਾਫੀ ਟਾਈਮ ਤੋਂ ਕਰ ਰਹੇ ਸੀ ਇਹ ਵਾਰਦਾਤਾਂ। ਇਸ ਤੋਂ ਇਲਾਵਾ ਸਾਡੇ ਜਿਹੜੇ ਤਾਂ ਕੀਤੀਆਂ ਨੇ ਇਹਨਾਂ ਨੇ ਅਦਰ ਡਿਸਟ੍ਰਿਕਟ ਜਿਹੜਾ ਹੈਗਾ ਉੱਥੇ ਵੀ ਬਹੁਤ ਵਾਰਦਾਤਾਂ ਕੀਤੀਆਂ ਨੇ। ਉਹਨਾਂ ਦੀਆਂ ਵਾਰਦਾਤਾਂ ਵੀ ਅਸੀਂ ਸਾਰੀਆਂ ਅਸੀਂ ਹੁਣ ਦੱਸਾਂਗੇ ਕਿਉਂਕਿ ਫਰਦਰ ਅਜੇ ਅੱਜ ਹੀ ਪਰਚਾ ਦਿੱਤਾ ਅਤੇ ਇਹਨਾਂ ਦਾ ਰਿਮਾਂਡ ਲੈਣਾ। ਉਸ ਤੋਂ ਬਾਅਦ ਅਸੀਂ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ ਇਹਨਾਂ ਦੀ ਉਹ ਫਿਰ ਅਦਰ ਡਿਸਟ੍ਰਿਕਟਸ ਨੂੰ ਵੀ ਅਸੀਂ ਉਹਨਾਂ ਨੂੰ ਦੱਸਾਂਗੇ ਅਤੇ ਉਹ ਫਿਰ ਆਪਣਾ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਜਾਣ। ਬਰਾਮਦ ਹੋਇਆ ਅਸਲਾ ਜਿਹੜਾ ਇਹ ਜਿਹੜੇ ਲੜਕੇ ਹੈਗੇ ਨੇ ਇਹ ਬੇਸਿਕਲੀ ਮੈਂ ਨਾਂ ਬੋਲ ਦਿੰਦਾ ਉਹਨਾਂ ਦਾ, ਲਖਵਿੰਦਰ ਸਿੰਘ ਉਰਫ ਲੱਕੀ, ਪੁੱਤਰ ਬਲਦੇਵ ਸਿੰਘ ਉਰਫ ਬਿੱਲਾ, ਸੁਖਦੀਪ ਸਿੰਘ ਉਰਫ ਦੇਵਮ, ਪੁੱਤਰ ਦਰਸ਼ਨ ਸਿੰਘ, ਵਾਸੀਆਂ ਬੱਲੂਆਣਾ ਕਲੋਨੀ ਨੇ, ਸੁਨੀਲ ਕੁਮਾਰ ਪੁੱਤਰ ਮਨਫੂਲ ਚੰਦ ਵਾਸੀ ਚੰਨਣਖੇੜਾ,
ਇਸ ਤੋਂ ਇਲਾਵਾ ਆਹੀ ਨੇ ਨਾ ਪੰਜ ਅਜੇ ਕੁਮਾਰ ਪੁੱਤਰ ਚੰਦ ਲਾਲ ਚੰਦ ਅਜੇ ਸਿੰਘ ਪੁੱਤਰ ਕਾਰਜ ਸਿੰਘ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਬਲਦੇਵ ਸਿੰਘ ਉਰਫ ਇੱਲਾ ਸੁਖਦੇਵ ਸਿੰਘ ਉਰਫ ਦਿਵਮ ਪੁੱਤਰ ਦਰਸ਼ਨ ਸਿੰਘ ਵਾਸੀਆਂ ਨੂੰ ਬੱਲੂ ਆਉਣਾ ਕਲੋਨੀ ਇਹ ਅਵਾਰਡ ਦੇ ਨੇ ਸਰ ਤੇ ਸਾਰੇ ਜਿਹੜੇ ਜਿੰਨੇ ਮੁਲਜ਼ਮ ਨੇ ਇਹ ਸਾਰੇ ਅਵਾਰਡ ਦੇ ਨੇ ਕਿੰਨੇ ਟਾਈਮ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਤਕਰੀਬਨ ਇਹਨਾਂ ਨੂੰ ਜਦੋਂ ਆਪਣਾ ਘੱਟੋ ਘੱਟ ਇੱਕ ਸਾਲ ਦਾ ਹੋ ਗਿਆ ਇੱਕ ਸਾਲ ਸਾਲ ਤੋਂ ਵੱਧ ਹੋ ਗਿਆ ਇਹਨਾਂ ਨੂੰ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਜੇ ਇਸ ਗੈਂਗ ਦੀ ਮਾਸਟਰ ਮਾਈਂਡ ਦੀ ਗੱਲ ਕਰੀਏ ਤੇ ਕੌਣ ਸੀਗਾ ਜੀ ਇਹਦੇ ਮਾਸਟਰ ਮਾਈਂਡ ਜਿਹੜਾ ਇਹਦੇ ਚ ਸੀ ਕਿਹੜਾ ਮੇਨ ਅਜੇ ਤੇ ਲੱਕੀ ਇਹਨਾਂ ਦੇ ਵਿੱਚ ਸਰ ਬ੍ਰਹਮਣ ਹੋਇਆ ਅਸਲਾ ਕੋਈ ਲਾਇਸੈਂਸ ਸੀ ਜਾਂ ਸਾਰਾ ਗੈਰ ਨਹੀਂ ਸਾਰੇ ਦੇਖੋ ਸਾਰਾ ਦੂਸਰਾ ਹੈਗਾ ਦੇਸੀ ਕੱਟੇ ਨੇ ਜਿਹੜੇ ਕੋਈ ਲਾਇਸੈਂਸ ਨਹੀਂ ਹੈਗਾ ਇਹਦੇ ਚ ਨਜਾਇਜ਼ ਜਿਹਨੂੰ ਕਹਦੇ ਹੈਗਾ ਸੀ ਹਥਿਆਰ ਸਾਰੇ ਇਹਨਾਂ ਕੋਲ ਨਜਾਇਜ਼ ਹਥਿਆਰ ਸੀ ਜਿਨ੍ਹਾਂ ਦੀ ਸ਼ਹਿਰ ਤੇ ਇਹ ਆਪਣਾ ਗਨ ਪੁਆਇੰਟ ਤੇ ਲਾ ਕੇ ਲੁੱਟਦੇ ਸੀ ਇਹਨਾਂ ਦੇ ਜਿਹੜੇ ਪਹਿਲਾਂ ਕੋਈ ਜਿਹੜੇ ਹੈਗੇ ਨੇ ਅਜੇ ਇਹਨਾਂ ਨੂੰ ਅਰੈਸਟ ਕੀਤਾ ਦੇਖਦੇ ਹਾਂ ਪ੍ਰੀਵੀਅਸ ਇਹਨਾਂ ਦਾ ਰਿਕਾਰਡ ਕੀ ਹੈਗਾ ਕਿਹੜੇ ਕਿਹੜੇ ਥਾਣੇ